ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਤਮਾਮ ਪੰਜਾਬੀਆਂ ਦਾ ਸਵਾਗਤ ਹੈ ਜੀ। ਮੈਂ ਚੇਤਨ ਕਸ਼ਪ ਇੱਕ ਵਾਰ ਮੁੜ ਤੋਂ ਸਟੂਡੀਓ ਰੂਮ ਰਾਹੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਤੇ ਅੱਜ ਦਾ ਵਿਸ਼ਾ ਹੈਡਿੰਗ ਵੇਖ ਕੇ ਫੋਟੋਸ ਵੇਖ ਕੇ ਤੁਸੀਂ ਸਹਿਜ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਅਸੀਂ ਕਿਸ ਸ਼ਖਸੀਅਤ ਬਾਬਤ ਗੱਲਬਾਤ ਕਰਨ ਜਾ ਰਹੇ ਹਾਂ। ਜੀ ਹਾਂ, ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਹੁਸ਼ਿਆਰਪੁਰ ਤੋਂ ਮੌਜੂਦਾ ਸਾਂਸਦ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਜਿਨ੍ਹਾਂ ਦੀ ਕਾਰਗੁਜ਼ਾਰੀ ਤੋਂ ਹੁਸ਼ਿਆਰਪੁਰ ਦੇ ਵੋਟਰਾਂ ਤੋਂ ਇਲਾਵਾ ਬੱਚਾ ਬੱਚਾ ਮੰਤਰੀ ਸੋਮ ਪ੍ਰਕਾਸ਼ ਦੀ ਕਾਰਗੁਜ਼ਾਰੀ ਤੋਂ ਚੰਗੀ ਤਰ੍ਹਾਂ ਵਾਕਿਫ ਹੈ ਕਿ ਇਹਨਾਂ 5 ਸਾਲਾਂ ਦੌਰਾਨ 2019 ਤੋਂ ਲੈ ਕੇ 2024 ਸਾਲ ਤੱਕ ਸੋਮ ਪ੍ਰਕਾਸ਼ ਵੱਲੋਂ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਨਿਭਾਈ ਗਈ ਹੈ, ਕਿਸ ਤਰ੍ਹਾਂ ਦੀ ਭੂਮਿਕਾ ਮੰਤਰੀ ਮੰਡਲ ਦੇ ਵਿੱਚ ਨਿਭਾਈ ਗਈ ਹੈ, ਕਿਸ ਤਰ੍ਹਾਂ ਦੀ ਭੂਮਿਕਾ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵਿੱਚ ਨਿਭਾਈ ਗਈ ਹੈ, ਚਾਹੇ ਉਹ ਵਿਕਾਸ ਕੰਮਾਂ ਨੂੰ ਲੈ ਕੇ, ਇੰਡਸਟਰੀ ਦੇ ਖੇਤਰ ਨੂੰ ਲੈ ਕੇ, ਕਿਸੇ ਵੀ ਖੇਤਰ ਦੀ ਆਪਾਂ ਗੱਲ ਕਰੀਏ ਤਾਂ ਇਸ ਤੋਂ ਬੱਚਾ ਬੱਚਾ ਮੰਤਰੀ ਸੋਮ ਪ੍ਰਕਾਸ਼ ਦੀ ਕਾਰਗੁਜ਼ਾਰੀ ਤੋਂ ਜਾਣੂ ਹੈ। ਸੋ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਤਿਉਹਾਰ ਚੱਲ ਰਿਹਾ, ਇੱਕ ਪਰਵ ਚੱਲ ਰਿਹਾ, ਤਾਂ ਜਿੱਥੇ ਪ੍ਰਸ਼ਾਸਨ ਦਾ, ਚੋਣ ਕਮਿਸ਼ਨ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਚੋਣਾਂ ਜਿਹੜੀਆਂ ਸ਼ਾਂਤਮਈ ਢੰਗ ਦੇ ਨਾਲ ਨੇਪਰੇ ਚਾੜੀਆਂ ਜਾਣ, ਉੱਥੇ ਹੀ ਜੇਕਰ ਆਪਾਂ ਰਾਜਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਰਾਜਸੀ ਪਾਰਟੀਆਂ ਦਾ ਵੀ ਸਾਰਾ ਜ਼ੋਰ ਲੱਗਿਆ ਹੋਇਆ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਆਪਣੇ ਉਮੀਦਵਾਰਾਂ ਨੂੰ ਜਿੱਤ ਦਿਵਾਉਣ ਅਤੇ ਕੇਂਦਰ ਦੇ ਵਿੱਚ ਆਪਣੀ ਸੱਤਾ ਕਬਜ਼ ਕਰਨ। ਗੱਲਬਾਤ ਕਰਦੇ ਹਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ, ਜਿਨ੍ਹਾਂ ਦੀ ਕਾਰਗੁਜ਼ਾਰੀ ਕਾਫੀ ਵਿਵਾਦਾਂ ਦੇ ਵਿੱਚ ਰਹੀ ਹੈ। ਜੇਕਰ ਆਪਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਜਿੱਤ ਦੀ ਗੱਲ ਕਰੀਏ ਤਾਂ ਸਾਲ 2019 ਦੇ ਵਿੱਚ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਲੋਕਾਂ ਵੱਲੋਂ ਤਕਰੀਬਨ 50,000 ਦੀ ਲੀਡ ਦੇ ਨਾਲ ਮੰਤਰੀ ਸੋਮ ਪ੍ਰਕਾਸ਼ ਨੂੰ ਜਿੱਤ ਦਵਾਈ ਗਈ ਸੀ, ਸੰਸਦ ਬਣੇ, ਲੋਕ ਸਭਾ ਦੀਆਂ ਪੌੜੀਆਂ ਚੜ੍ਹੇ। ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਵੀ ਮਾਣ ਸਤਿਕਾਰ ਉਹਨਾਂ ਨੂੰ ਦਿੱਤਾ ਗਿਆ ਅਤੇ ਮੋਦੀ ਸਾਹਿਬ ਦੀ ਮੰਤਰੀ ਮੰਡਲ ਦੇ ਵਿੱਚ ਸੋਮ ਪ੍ਰਕਾਸ਼ ਹੋਰਾਂ ਨੂੰ ਥਾਂ ਮਿਲਦੀ ਹੈ। ਪਰੰਤੂ ਬਾਵਜੂਦ ਇਸ 'ਤੇ ਇੰਨੀਆਂ ਖੁਦ ਨੂੰ ਤਰੱਕੀਆਂ 'ਤੇ ਦੱਸ ਕੇ, ਖੁਦ ਤਰੱਕੀਆਂ ਕਰਕੇ, ਉੱਚੇ ਮੁਕਾਮ ਹਾਸਲ ਕਰਕੇ, ਪਰ ਜਿਨ੍ਹਾਂ ਲੋਕਾਂ ਦੇ ਸਿਰ 'ਤੇ ਸੋਮ ਪ੍ਰਕਾਸ਼ ਵੱਲੋਂ ਇਹ ਫਤਵੇ ਜਿੱਤੇ ਗਏ ਸਨ, ਇਹ ਮੁਕਾਮ ਹਾਸਲ ਕੀਤੇ ਗਏ ਸਨ, ਉਹਨਾਂ ਦੇ ਲੋਕ ਉਹਨਾਂ ਲੋਕਾਂ ਦੇ ਪੱਲੇ ਜੇਕਰ ਅੱਜ ਤੱਕ ਕੁਝ ਪਿਆ ਹੈ ਤਾਂ ਸਿਵਾਏ ਨਿਰਾਸ਼ਾ, ਨਿਰਾਸ਼ਾ ਤੋਂ ਸਿਵਾਏ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਲੋਕਾਂ ਦੀ ਝੋਲੀ ਦੇ ਵਿੱਚ ਹੋਰ ਕੁਝ ਵੀ ਨਹੀਂ ਪਿਆ, ਕਿਉਂਕਿ ਸੋਮ ਪ੍ਰਕਾਸ਼ ਦੀ ਜਿਹੜੀ ਪਹੁੰਚ ਰਹੀ ਹੈ ਉਹ ਫਗਵਾੜਾ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਰਹੀ ਹੈ, ਉਹ ਵੀ ਹੁਸ਼ਿਆਰਪੁਰ ਦੇ ਇੱਕ ਵਿਸ਼ੇਸ਼ ਵਿਅਕਤੀ ਦੇ ਘਰ ਤੱਕ, ਯਾਨੀ ਕਿ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਘਰ ਤੱਕ। ਕੋਰੋਨਾ ਕਾਲ ਦੇ ਵਿੱਚ ਸੋਮ ਪ੍ਰਕਾਸ਼ ਹੋਰਾਂ ਦੇ ਬੋਰਡ ਲੱਗ ਜਾਂਦੇ ਨੇ ਕਿ ਹੁਸ਼ਿਆਰਪੁਰ ਦੇ ਜਿਹੜੇ ਸਾਂਸਦ ਨੇ ਉਹ ਲਾਪਤਾ ਹੋ ਚੁੱਕੇ ਨੇ। ਖੈਰ, ਆਮ ਆਦਮੀ ਪਾਰਟੀ ਵੱਲੋਂ ਇਹ ਪ੍ਰੋਟੈਸਟ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਪਰਚਾ ਵੀ ਦਰਜ ਹੁੰਦਾ ਹੈ 188 ਦਾ, ਜਿਸ ਵਿੱਚ ਇੱਕ ਪੱਤਰਕਾਰ 'ਤੇ ਵੀ ਪਰਚਾ ਦਰਜ ਹੁੰਦਾ ਹੈ। ਸੋ ਉਸ ਤੋਂ ਇਲਾਵਾ ਜੇਕਰ ਆਪਾਂ ਹੜ੍ਹਾਂ ਦੇ ਸੀਜ਼ਨ ਦੀ ਗੱਲ ਕਰੀਏ ਤਾਂ ਹੜ੍ਹਾਂ ਦੇ ਸੀਜ਼ਨ ਦੌਰਾਨ ਹੁਸ਼ਿਆਰਪੁਰ ਦਾ ਪਿੰਡ ਮਹਿਤਾਬਪੁਰ, ਜਿਸ ਨੂੰ ਕਿ ਹੜ੍ਹਾਂ ਨੇ ਸਭ ਤੋਂ ਵੱਧ ਮਾਰ ਝੱਲੀ ਸੀ, ਇਸ ਤੋਂ ਇਲਾਵਾ ਪਿੰਡ ਹੱਲੂਵਾਲ, ਵਾਰਸ ਭਰਾਵਾਂ ਦਾ ਇਹ ਪਿੰਡ ਹੈ, ਇਸ ਤੋਂ ਇਲਾਵਾ ਹੋਰ ਹੀ ਅਨੇਕਾਂ ਪਿੰਡ ਆ ਜਿਹੜੇ ਹੜ੍ਹਾਂ ਦੌਰਾਨ ਹੜ੍ਹਾਂ ਦੀ ਮਾਰ ਦੇ ਵਿੱਚ ਆਏ ਸੀ ਅਤੇ ਲੋਕਾਂ ਦਾ ਜਿਹੜਾ ਜਨਜੀਵਨ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਸੀ। ਸੋ ਉਹਨਾਂ ਦਿਨਾਂ ਦੌਰਾਨ ਜਾਂ ਉਸ ਸਮੇਂ ਦੌਰਾਨ ਕੇਂਦਰੀ ਰਾਜ ਮੰਤਰੀ ਦੀ ਭੂਮਿਕਾ ਕਿਹੋ ਜਿਹੀ ਸੀ? ਪਿੰਡ ਮਹਿਤਾਬਪੁਰ ਦੇ ਵਿੱਚ ਤਿੱਖਾ ਵਿਰੋਧ ਹੁੰਦਾ ਹੈ। ਸੋ ਹੁਣ ਜਦੋਂ ਭਾਜਪਾ ਵੱਲੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਘਰਵਾਲੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਜਾਣ ਕੇ ਅਨੀਤਾ ਸੋਮ ਪ੍ਰਕਾਸ਼, ਉਹਨਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ MP ਲਈ, ਇੱਕ ਸਾਂਸਦ ਲਈ ਸਾਰੇ ਲੋਕ ਸਭਾ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚ ਪਹੁੰਚਣਾ ਸੰਭਵ ਨਹੀਂ ਹੁੰਦਾ। ਤਾਂ ਮੈਂ ਹੁਣ ਭੈਣ ਜੀ ਹੁਣਾਂ ਨੂੰ ਪੁੱਛਣਾ ਚਾਹਾਂਗਾ ਕਿ ਗੱਲ, ਜਦੋਂ ਚੋਣਾਂ ਲੈਣੀਆਂ ਹੁੰਦੀਆਂ ਉਦੋਂ ਤੁਹਾਨੂੰ ਲੋਕਾਂ ਦੇ ਗੋਡੇ, ਗਿੱਟੇ, ਪੈਰ ਸਭ ਯਾਦ ਆਉਂਦੇ ਨੇ, ਤੁਸੀਂ ਭੱਜ ਭੱਜ ਫੜਦੇ ਹੋ, ਤਾਂ ਜਦੋਂ ਤੁਹਾਨੂੰ ਮੁਕਾਮ ਹਾਸਲ ਹੋ ਜਾਂਦਾ
ਸੰਸਦ ਬਣ ਜਾਂਦੇ ਹੋ, ਜਦੋਂ ਤੁਹਾਨੂੰ ਸਰਕਾਰੀ ਗੱਡੀਆਂ ਮਿਲ ਜਾਂਦੀਆਂ ਨੇ, ਜਦੋਂ ਤੁਹਾਨੂੰ ਫੋਰਸਾਂ ਮਿਲ ਜਾਂਦੀਆਂ ਨੇ, ਯਾਨੀ ਕਿ ਸੁਰੱਖਿਆ ਅਮਲੇ ਮਿਲ ਜਾਂਦੇ ਨੇ, ਤਾਂ ਉਸ ਵਕਤ ਤੁਹਾਨੂੰ ਇਹ ਗੱਲਾਂ ਯਾਦ ਨਹੀਂ ਆਉਂਦੀਆਂ। ਤੁਸੀਂ ਅੱਜ ਇਹ ਗੱਲ ਕਹਿ ਰਹੇ ਹੋ ਕਿ ਇੱਕ ਸੰਸਦ ਲਈ ਹਰ ਇੱਕ ਪਿੰਡ ਤੱਕ ਪਹੁੰਚਣਾ ਅਸੰਭਵ ਹੈ, ਸੌਖਾ ਨਹੀਂ ਹੁੰਦਾ, ਅਤੇ ਚੋਣਾਂ ਦੌਰਾਨ ਇਹ ਸੌਖਾ ਕਿਵੇਂ ਹੋ ਜਾਂਦਾ? ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੁਹਾਨੂੰ ਇਹ ਸਾਰੇ ਪਿੰਡ ਕਿਉਂ ਯਾਦ ਆਉਣ ਲੱਗ ਜਾਂਦੇ ਨੇ? ਉਸ ਤੋਂ ਇਲਾਵਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤੇ ਜਾ ਰਹੇ ਨੇ ਭਾਜਪਾ ਉਮੀਦਵਾਰਾਂ ਦੇ, ਸੋ ਉਹ ਵੀ ਇੱਕ ਇਹਨਾਂ ਲਈ ਇੱਕ ਵੱਡਾ ਆਪਾਂ ਕਹਾਂਗੇ ਚੈਲੰਜ ਰਹੇਗਾ, ਕਿਉਂਕਿ ਕਿਸਾਨੀ ਕੋਲ 750 ਦੇ ਕਰੀਬ ਕਿਸਾਨਾਂ ਵੱਲੋਂ ਸ਼ਹੀਦੀਆਂ ਪਾਈਆਂ ਗਈਆਂ, ਲੋਕ ਅੱਜ ਵੀ ਨਹੀਂ ਭੁੱਲੇ ਨੇ। ਸ਼ਾਇਦ ਉਸ ਤੋਂ ਬਾਅਦ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਭਾਜਪਾ ਦੀ ਪੰਜਾਬ ਦੇ ਵਿੱਚ ਜਿਹੜੀ ਦਿਸ਼ਾ ਅਤੇ ਦਸ਼ਾ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਵਿਗੜੀ ਹੈ। ਸਭ ਤੋਂ ਵੱਡੀ ਗੱਲ, ਇੰਡਸਟਰੀ ਮੰਤਰੀ ਹੋਣ ਦੇ ਬਾਵਜੂਦ ਮੰਤਰੀ ਸੋਮ ਪ੍ਰਕਾਸ਼ ਅੱਜ ਤੱਕ ਹੁਸ਼ਿਆਰਪੁਰ ਦੇ ਵਿੱਚ ਕੋਈ ਇੰਡਸਟਰੀ ਨਹੀਂ ਲਿਆ ਸਕੇ। ਚਾਹੇ ਉਹ ਕਾਂਗਰਸ ਦੀ ਗੱਲ ਕਰੀਏ, ਚਾਹੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਚਾਹੇ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ, ਹੁਸ਼ਿਆਰਪੁਰ ਦੇ ਵਿੱਚ ਮੈਡੀਕਲ ਕਾਲਜ ਬਣਨਾ, ਇਹ 2000 ਮੈਨੂੰ ਲੱਗਦਾ ਕਿ 16-17 ਤੋਂ ਇਹ ਰੇੜਕਾ ਚੱਲਿਆ ਆ ਰਿਹਾ। ਜਲੂਸ ਕੱਢ ਕੇ ਰੱਖ ਦਿੱਤਾ ਇਹਨਾਂ ਬੇਸ਼ਰਮ ਆਗੂਆਂ ਨੇ ਮੈਡੀਕਲ ਕਾਲਜ ਦਾ, 3-4 ਵਾਰ ਨੀਂਹ ਪੱਥਰ ਰੱਖ ਦਿੱਤਾ, ਅਤੇ ਅੱਜ ਤੱਕ ਕੀਤਾ ਕੀ ਹੈ, ਲੋਕਾਂ ਨੂੰ ਮੂਰਖ ਬਣਾਇਆ। ਚਾਹੇ ਉਹ ਭਗਵੰਤ ਮਾਨ ਹੈ, ਚਾਹੇ ਉਹ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੈ, ਚਾਹੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਉਂ ਨਾ ਹੋਣ, ਚਾਹੇ ਹੁਸ਼ਿਆਰਪੁਰ ਇਕੱਲਾ ਹੁਸ਼ਿਆਰਪੁਰ ਹਲਕੇ ਦਾ ਨਹੀਂ, ਹੁਸ਼ਿਆਰਪੁਰ ਜ਼ਿਲ੍ਹੇ ਦੇ ਤਮਾਮ ਵਿਧਾਇਕ ਹੋਣ, ਚਾਹੇ ਉਹਨਾਂ ਦੇ ਵਿੱਚ ਕੋਈ ਮੰਤਰੀ ਹੈ, ਚਾਹੇ ਕੇਂਦਰੀ ਮੰਤਰੀ ਹੈ, ਚਾਹੇ ਪੰਜਾਬ ਸਰਕਾਰ ਦਾ ਮੰਤਰੀ ਹੈ, ਲੋਕਾਂ ਨੂੰ ਮੂਰਖ ਬਣਾਉਣ ਤੋਂ ਸਿਵਾਏ ਇਹਨਾਂ ਰਾਜਨੀਤਿਕ ਆਗੂਆਂ ਨੇ ਕੁਛ ਵੀ ਨਹੀਂ ਕੀਤਾ। ਅਤੇ ਹੁਣ ਜਦੋਂ ਲੋਕਾਂ ਦੀ ਲੋੜ ਪਈ ਹੈ, ਇੱਕ ਵਾਰ ਮੁੜ ਤੋਂ ਇਹਨਾਂ ਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ, ਲੋਕਾਂ ਦੇ ਦਰਦ, ਲੋਕਾਂ ਦੇ ਸੁਪਨੇ ਇਹਨਾਂ ਨੂੰ ਯਾਦ ਆਉਣ ਲੱਗੇ ਨੇ, ਸੋ ਮੈਂ ਸਿੱਧੇ ਤੌਰ 'ਤੇ ਕਹਿਣਾ ਚਾਹਾਂਗਾ ਕਿ 5 ਸਾਲ ਤੱਕ ਲੋਕਾਂ ਦੇ ਵਿੱਚੋਂ ਗਾਇਬ ਰਹਿਣ ਵਾਲੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੁਣ ਕਿਹੜੇ ਮੂੰਹ ਦੇ ਨਾਲ ਲੋਕਾਂ ਦੇ ਵਿੱਚ ਵਿਚਰਨਗੇ, ਕਿਹੜੇ ਮੂੰਹ ਦੇ ਨਾਲ ਲੋਕਾਂ ਤੋਂ ਜਾ ਕੇ ਵੋਟਾਂ ਮੰਗਣਗੇ? ਸੋ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਜਦੋਂ ਇਹ ਤੁਹਾਡੇ ਘਰਾਂ ਦੇ ਵਿੱਚ, ਤੁਹਾਡੇ ਪਿੰਡਾਂ ਦੇ ਵਿੱਚ, ਤੁਹਾਡੇ ਸ਼ਹਿਰਾਂ ਦੇ ਵਿੱਚ, ਤੁਹਾਡੇ ਮੁਹੱਲਿਆਂ 'ਚ, ਤੁਹਾਡੇ ਕਸਬਿਆਂ 'ਚ ਇਹ ਵੋਟ ਮੰਗਣ ਆਉਣ, ਤਾਂ ਇਹਨਾਂ ਨੂੰ ਸਖਤੀ ਦੇ ਨਾਲ ਜ਼ਰੂਰ ਪੁੱਛਣਾ ਹੈ, ਸਖਤੀ ਤੋਂ ਭਾਵ ਹੈ ਕਿ ਠੋਕ ਕੇ ਪੁੱਛਣਾ ਕਿ ਅੱਜ ਤੱਕ ਸੋਮ ਪ੍ਰਕਾਸ਼ ਜੀ ਤੁਹਾਡੀ ਦੇਣ ਕੀ ਆ ਹੁਸ਼ਿਆਰਪੁਰ ਨੂੰ, ਕਈ ਉਂਗਲਾਂ 'ਤੇ ਆਪਣੇ 2-4 ਕੰਮ ਹੀ ਗਿਣਾ ਦਿਓ, ਕਿਹੜੇ ਪਿੰਡਾਂ ਦੇ ਵਿੱਚ ਤੁਸੀਂ ਕੀ ਚੈੱਕ ਦਿੱਤੇ ਆ, ਕਿਹੜੇ ਪਿੰਡਾਂ ਦੇ ਵਿੱਚ ਕਿਹੜੀਆਂ ਗਰਾਂਟਾਂ ਦਿੱਤੀਆਂ, ਪਿੰਡਾਂ ਦੇ ਵਿੱਚ ਕਿਹੜੇ ਤੁਸੀਂ ਖੇਡ ਸਟੇਡੀਅਮ ਬਣਾ ਦਿੱਤੇ ਨੇ, ਕਿਹੜੇ ਪਿੰਡ ਲਈ ਤੁਸੀਂ ਕੋਈ ਡਰੀਮ ਪ੍ਰੋਜੈਕਟ ਲੈ ਕੇ ਆਏ ਹੋ, ਕਿਹੜੇ ਪਿੰਡ ਨੂੰ ਤੁਸੀਂ ਗੋਦ ਲਿਆ ਸੀ, ਅੱਜ ਉਸ ਪਿੰਡ ਦੇ ਕੀ ਹਾਲਾਤ ਨੇ। ਸੋ ਇਹ ਗੱਲਾਂ ਤੁਸੀਂ ਠੋਕ ਕੇ ਹਿੱਕ ਦੇ ਜ਼ੋਰ ਨਾਲ ਜ਼ਰੂਰ ਪੁੱਛਣੀਆਂ, ਐਵੇਂ ਇਸ ਗੱਲ ਦੇ ਵਿੱਚ ਆ ਕੇ ਇੱਕ ਦੂਜੇ ਨਾਲ ਲੜਾਈ ਝਗੜਾ ਨਹੀਂ ਕਰਨਾ ਕਿ ਅਸੀਂ ਭਾਜਪਾ ਦੇ ਸਮਰਥਕ ਹਾਂ, ਅਸੀਂ ਕਾਂਗਰਸ ਦੇ ਸਮਰਥਕ ਹਾਂ, ਅਸੀਂ ਝਾੜੂ ਵਾਲਿਆਂ ਦੇ, ਅਸੀਂ ਤਕੜੀ ਵਾਲਿਆਂ ਦੇ, ਅਸੀਂ ਹਾਥੀ ਵਾਲਿਆਂ ਦੇ। ਇਹਨਾਂ ਗੱਲਾਂ ਨੂੰ ਸਾਈਡ 'ਤੇ ਰੱਖ ਕੇ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਚੰਗੀ ਤਰ੍ਹਾਂ ਦੇ ਨਾਲ ਵਿਅਕਤੀ ਗੱਲਾਂ ਨੂੰ ਯਾਦ ਰੱਖਦਾ ਕਿ ਅੱਜ ਤੋਂ 5 ਸਾਲ ਪਹਿਲਾਂ ਸੋਮ ਪ੍ਰਕਾਸ਼ ਹੋਰਾਂ ਨੇ ਕਿਹੜਾ ਵਾਅਦਾ ਕੀਤਾ ਸੀ ਕਿ ਅੱਜ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਕਿ ਕਦੇ ਤੁਹਾਡੇ ਪਿੰਡ ਦੇ ਵਿੱਚ ਤੁਹਾਡਾ ਧੰਨਵਾਦ ਕਰਨ ਦੇ ਲਈ ਪਹੁੰਚੇ ਨੇ ਮੰਤਰੀ ਸਾਹਿਬ। ਇਹ ਗੱਲਾਂ ਤੁਸੀਂ ਜ਼ਰੂਰ ਸਖਤੀ ਦੇ ਨਾਲ ਪੁੱਛਣੀਆਂ, ਸਖਤੀ ਤੋਂ ਭਾਵ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਇਸ ਤਰ੍ਹਾਂ ਦੇ ਨਾਲ ਗੱਲਾਂ ਜ਼ਰੂਰ ਪੁੱਛਣੀਆਂ। ਸੋ ਜੇਕਰ ਸੰਤੁਸ਼ਟੀ ਹੁੰਦੀ ਹੈ, ਸੈਟਿਸਫਾਈਡ ਤੁਸੀਂ ਹੁੰਦੇ ਹੋ, ਮੰਤਰੀ ਸਾਹਿਬ ਤੁਹਾਨੂੰ ਸੈਟਿਸਫਾਈਡ ਕਰਦੇ ਨੇ, ਤਾਂ ਜ਼ਰੂਰ ਵੋਟ ਦਿਓ, ਨਹੀਂ ਤਾਂ ਮੰਤਰੀ ਸਾਹਿਬ ਨੂੰ ਤਿੱਖੇ ਸਵਾਲ ਜ਼ਰੂਰ ਪੁੱਛਣੇ ਹੈ।